ਅੱਜ ਜਿਵੇਂ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਇੱਕ ਮੋਰਿੰਡਾ ਦੇ 55 ਈਅਰ ਮੇਲ ਦਾ ਕੇਸ ਕੋਵਿਡ-19 ਪੋਜ਼ੀਟਿਵ ਟੈਸਟ ਪਾਇਆ ਗਿਆ ਹੈਗਾ। ਉਹ ਪਹਿਲੇ ਤੋਂ ਹੀ ਆਪਣੀ ਕਿਸੇ ਬਿਮਾਰੀ ਕਾਰਨ, ਡਾਇਬਿਟਿਕ ਔਰ ਹਾਈਪਰਟੈਂਸ਼ਨ ਕਾਰਨ ਪਹਿਲੇ ਤੋਂ ਹੀ ਐਡਮਿਟ ਸੀਗੇ GMCH ਸੈਕਟਰ 16 ਚੰਡੀਗੜ੍ਹ ਦੇ ਵਿੱਚ, ਅਤੇ ਅੱਜ ਉਹਨਾਂ ਦਾ ਟੈਸਟ ਕੀਤਾ ਗਿਆ ਅਤੇ ਉਹ ਪੋਜ਼ੀਟਿਵ ਹੈ। ਚਟਾਮਲੀ ਪਿੰਡ ਤੋਂ ਇਹ ਬਿਲੋਂਗ ਕਰਦੇ ਨੇ। ਅਤੇ ਹੁਣ ਮੇਰੀ ਅਪੀਲ ਹੈਗੀ ਸਾਰਿਆਂ ਤੋਂ ਕਿ ਉੱਥੇ ਸਾਡੀ ਕੰਟੇਨਮੈਂਟ ਐਕਸਰਸਾਈਜ਼ 3 ਕਿਲੋਮੀਟਰ ਦਾਇਰੇ ਦੇ ਵਿੱਚ ਸ਼ੁਰੂ ਕੀਤੀ ਜਾ ਚੁੱਕੀ ਹੈਗੀ, ਅਤੇ ਕਾਇੰਡਲੀ ਸਾਨੂੰ ਸਹਿਯੋਗ ਦੇਣ ਅਤੇ ਜਿਹੜੀ ਕੰਟਰੈਕਟ ਟ੍ਰੇਸਿੰਗ ਅਸੀਂ ਕਰਨ ਦੇ ਵਿੱਚ ਅਭੀ ਸਾਨੂੰ ਸਹਿਯੋਗ ਦੇਣ, ਅਤੇ ਨਾਲ ਹੀ ਆਸ ਪਾਸ ਦੇ ਏਰੀਆ ਦੇ ਲੋਕ ਜਿਹੜੇ ਨੇ ਉਹ ਅਫਵਾਹਾਂ 'ਤੇ ਧਿਆਨ ਨਾ ਦੇਣ। ਜੇਕਰ ਆਪ ਉਕਤ ਵਿਅਕਤੀ ਦੇ ਕੰਟੈਕਟ ਦੇ ਵਿੱਚ ਆਏ ਹੈ ਤਾਂ ਆਪ ਆਪਣਾ ਬਿਊਰੋ ਸਾਨੂੰ ਦੇ ਸਕਦੇ ਹੋ, ਅਤੇ ਨਾਲ ਹੀ ਇਸਦੇ ਵਿੱਚ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਹਾਲ ਦੀ ਘੜੀ ਦੇ ਵਿੱਚ ਇਹ ਪਹਿਲਾ ਕੇਸ ਹੈ ਜਿਹੜਾ ਪੋਜ਼ੀਟਿਵ ਪਾਇਆ ਗਿਆ ਹੈਗਾ, ਅਤੇ ਉਹਨਾਂ ਦੀ ਹਾਲਤ ਅਭੀ ਸਟੇਬਲ ਹੈ।